ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਯਾਨੀ CBSA ਦੇ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਫੈਡਰਲ ਸਰਕਾਰ ਦੇ ਨਾਲ ਆਪਣੇ ਅਸਥਾਈ ਸਮਝੌਤੇ ਦੇ ਵੇਰਵੇ ਜਾਰੀ ਕੀਤੇ ਜਿਸ ਨੇ ਹੜਤਾਲ ਨੂੰ ਰੋਕਿਆ ਸੀ। ਪਬਲਿਕ ਸਰਵਿਸ ਅਲਾਈਅੰਸ ਆਫ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਸਰਹੱਦੀ ਕਾਮਿਆਂ ਦੀ ਵੇਜਸ ਦੇ ਵਿੱਚ 4 ਸਾਲਾਂ ਦੇ ਵਿੱਚ 15.73% ਦੀ ਵਾਧਾ ਹੋਇਆ। ਕਾਮਿਆਂ ਨੂੰ ਸ਼ਿਫਟ ਤੇ ਹਫ਼ਤੇ ਦੇ ਅੰਤ ਦੇ ਵਿੱਚ ਪ੍ਰੀਮੀਅਮ ਤਨਖਾਹ ਦੇ ਵਿੱਚ 12.5% ਦਾ ਵਾਧਾ ਵੀ ਮਿਲੇਗਾ ਜੋ $2 ਪ੍ਰਤੀ ਘੰਟੇ ਤੋਂ 2.25 ਤੱਕ ਹੋਵੇਗਾ। 9,000 ਤੋਂ ਵੱਧ ਕਰਮਚਾਰੀਆਂ ਨੂੰ $2,500 ਦਾ ਲਮਸਮ ਭੁਗਤਾਨ ਵੀ ਮਿਲੇਗਾ। ਇਹ ਸਮਝੌਤਾ June 2026 ਤੱਕ ਚੱਲੇਗਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਫੈਡਰਲ ਸਰਕਾਰ ਦੇ ਨਾਲ ਆਪਣੇ ਅਸਥਾਈ ਸਮਝੌਤੇ ਦੇ ਵੇਰਵੇ ਜਾਰੀ ਕੀਤੇ ਜਿਸ ਨੇ ਹੜਤਾਲ ਨੂੰ ਰੋਕਿਆ ਸੀ। ਪਬਲਿਕ ਸਰਵਿਸ ਅਲਾਈਅੰਸ ਆਫ ਕੈਨੇਡਾ ਨੇ ਐਲਾਨ ਕੀਤਾ ਕਿ ਸਰਹੱਦੀ ਕਾਮਿਆਂ ਦੀ ਵੇਜਸ ਦੇ ਵਿੱਚ 4 ਸਾਲਾਂ ਵਿੱਚ 15.73% ਵਾਧਾ ਹੋਇਆ। ਇਹ 2022 ਦੇ ਲਈ 3.5% ਦੇ ਵਾਧੇ ਤੱਕ ਟੁੱਟਦਾ ਹੈ ਜੋ 2022 ਤੱਕ ਪ੍ਰਭਾਵੀ ਹੈ, ਜਿਸ ਵਿੱਚ ਮਾਰਕੀਟ ਵਿਵਸਥਾਵਾਂ ਲਈ 1.25% ਵਾਧੇ ਦੀ ਰਕਮ, 2023 ਲਈ 3% ਵਾਧਾ ਤੇ ਮਾਰਕੀਟ ਵਿਵਸਥਾਵਾਂ ਲਈ 2.8% ਵਾਧਾ ਸ਼ਾਮਿਲ ਹੈ। 21 June 2024 ਤੋਂ ਪ੍ਰਭਾਵੀ ਤੌਰ ਤੇ 2% ਦਾ ਵਾਧਾ, ਮਾਰਕੀਟ ਵਿਵਸਥਾਵਾਂ ਲਈ 0.25% ਵਾਧੇ ਦੇ ਨਾਲ 2025 ਲਈ 2% ਵਾਧਾ ਹੈ। ਕਾਮਿਆਂ ਨੂੰ ਸ਼ਿਫਟ ਤੇ ਹਫ਼ਤੇ ਦੇ ਅੰਤ ਵਿੱਚ 25.5% ਦਾ ਵਾਧਾ ਵੀ ਮਿਲੇਗਾ ਜੋ $2 ਪ੍ਰਤੀ ਘੰਟਾ ਤੋਂ $2.25 ਤੱਕ ਹੋਵੇਗਾ। PSAC ਨੇ ਕਿਹਾ ਹੈ ਕਿ ਤਨਖਾਹ ਸਮਝੌਤੇ ਦੇ ਸਾਲਾਂ ਲਈ RCMP ਸਮੇਤ ਕੈਨੇਡਾ ਭਰ ਦੇ ਹੋਰ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਪ੍ਰਦਾਨ ਕੀਤੇ ਗਏ ਵਾਧੇ ਤੋਂ ਬਹੁਤ ਜ਼ਿਆਦਾ ਹੈ। 9,000 ਤੋਂ ਵੱਧ ਕਰਮਚਾਰੀਆਂ ਨੂੰ $2,500 ਦਾ ਲਮਸਮ ਭੁਗਤਾਨ ਵੀ ਮਿਲੇਗਾ। ਉਹ 8 ਦੀ ਬਜਾਏ 7 ਸਾਲਾਂ ਦੀ ਨੌਕਰੀ ਤੋਂ ਬਾਅਦ 4 ਹਫ਼ਤਿਆਂ ਦੀਆਂ ਛੁੱਟੀਆਂ ਤੱਕ ਪਹੁੰਚ ਕਰਨ ਦੇ ਯੋਗ ਹੋਣਗੇ ਤੇ ਪ੍ਰਬੰਧਕਾਂ ਨੂੰ ਹੁਣ ਰਿਮੋਟ ਕੰਮ ਦੀਆਂ ਬੇਨਤੀਆਂ ਦਾ ਵਿਅਕਤੀਗਤ ਤੌਰ ਤੇ ਮੁਲਾਂਕਣ ਕਰਨਾ ਹੋਵੇਗਾ, ਨਾ ਕਿ ਸਮੂਹ ਦੁਆਰਾ ਤੇ ਲਿਖਤੀ ਜਵਾਬ ਪ੍ਰਦਾਨ ਕਰਨੇ ਪੈਣਗੇ ਜੋ ਸ਼ਿਕਾਇਤ ਪ੍ਰਕਿਰਿਆ ਦੀ ਇਜਾਜ਼ਤ ਦਿੰਦੇ ਨੇ। ਖਜ਼ਾਨਾ ਬੋਰਡ ਦੀ ਪ੍ਰਧਾਨ ਅਨੀਤਾ ਆਨੰਦ ਨੇ ਕਿਹਾ ਹੈ ਕਿ ਇਸ ਹਫ਼ਤੇ ਸਭ ਤੋਂ ਵਧੀਆ ਸਮਝੌਤੇ ਦੀ ਟੇਬਲ ਤੇ ਉਹ ਪਹੁੰਚ ਗਏ ਨੇ ਤੇ ਸਮੂਹਿਕ ਸਮਝੌਤਾ ਪ੍ਰਕਿਰਿਆ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਸਦਨ ਦੇ ਵਿੱਚ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੱਕ ਅਸਥਾਈ ਸਮਝੌਤਾ ਹੋਇਆ ਜੋ ਕੈਨੇਡੀਅਨ ਟੈਕਸ ਦਾਤਾਵਾਂ ਲਈ ਨਿਰਪੱਖ ਤੇ ਜਨਤਕ ਸੇਵਕਾਂ ਲਈ ਵਾਜਬ ਹੈ। ਇਹ ਸਮਝੌਤੇ June 2026 ਤੱਕ ਚੱਲਣਗੇ। PSAC ਦੇ ਰਾਸ਼ਟਰੀ ਪ੍ਰਧਾਨ ਨੇ ਕਿਹਾ ਹੈ ਕਿ ਸਾਡੀ ਨੈਗੋਸੀਏਸ਼ਨ ਟੀਮ ਨੇ ਸਾਡੇ ਮੈਂਬਰਾਂ ਲਈ ਸਭ ਤੋਂ ਵਧੀਆ ਸਮਝੌਤੇ ਨੂੰ ਸੁਰੱਖਿਅਤ ਕਰਨ ਲਈ ਦਿਨ ਰਾਤ ਕੰਮ ਕੀਤਾ ਹੈ ਤੇ ਅਸਥਾਈ ਸਮਝੌਤਾ ਉਹਨਾਂ ਦੀ ਸ਼ਾਨਦਾਰ ਮਿਹਨਤ ਤੇ ਸਮਰਪਣ ਦਾ ਪ੍ਰਮਾਣ ਹੈ। ਇਹ CBSA ਦੇ ਵਿੱਚ ਸਾਡੇ ਮੈਂਬਰਾਂ ਲਈ ਇੱਕ ਚੰਗੀ ਜਿੱਤ ਹੈ ਜੋ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਨੇ ਤੇ ਸਾਰੇ ਕੈਨੇਡੀਅਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਨੇ। ਸਮਝੌਤੇ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਸੀ ਤੇ 9 ਦਿਨਾਂ ਦੀ ਗੱਲਬਾਤ ਤੋਂ ਬਾਅਦ ਇਹ ਆਇਆ ਸੀ, ਜਿਸ ਨੇ ਹੜਤਾਲ ਦੀ ਧਮਕੀ ਦਿੱਤੀ ਸੀ ਜਿਸ ਦੇ ਆਰਥਿਕ ਤੇ ਯਾਤਰਾ ਦੇ ਨਤੀਜੇ ਹੋ ਸਕਦੇ ਨੇ। June 2022 ਵਿੱਚ ਆਖਰੀ ਮਿਆਦ ਖਤਮ ਹੋਣ ਤੋਂ ਬਾਅਦ CBSA ਕਰਮਚਾਰੀ ਬਿਨਾਂ ਇਕਰਾਰਨਾਮੇ ਦੇ ਸਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।